ਤਸਵੀਰਾਂ ਨੇ ਸ਼ੰਭੂ ਬਾਰਡਰ ਦੀਆਂ। ਕਿਸਾਨਾਂ ਦੀਆਂ ਟਰਾਲੀਆਂ ਦਾ ਕਾਫਿਲਾ ਦੂਰ ਦੂਰ ਤੱਕ ਤੁਹਾਨੂੰ ਨਜ਼ਰ ਆਉਂਦਾ ਹੋਏਗਾ। ਸ਼ੰਭੂ ਬਾਰਡਰ 'ਤੇ ਕਿਸਾਨ ਵੈਸੇ 13 ਫਰਵਰੀ ਤੋਂ ਹੀ ਬੈਠੇ ਹੋਏ ਨੇ, ਪਰ ਅੱਜ ਜਿਹੜਾ ਹੈ ਕਾਲ ਦਿੱਤੀ ਗਈ ਸੀ ਕਿ ਦਿੱਲੀ ਜਾਣਾ, ਅਤੇ ਉਸ ਤੋਂ ਪਹਿਲਾਂ ਇਹ ਟਰਾਲੀਆਂ ਦਾ ਕਾਫਿਲਾ। ਤੁਸੀਂ ਜਿੱਥੋਂ ਤੱਕ ਨਜ਼ਰ ਜਾਏਗੀ ਤੁਹਾਨੂੰ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਹੀ ਨਜ਼ਰ ਆਉਣਗੇ। ਕਿਸਾਨ ਜਿਹੜਾ ਉਸ ਵੇਲੇ ਉਹਨਾਂ ਨੇ ਨਾਸ਼ਤਾ ਵੀ ਕੀਤਾ, ਇੱਥੇ ਹੀ ਉਹ ਲੰਘੇ 8 ਦਿਨ ਤੋਂ ਇੱਥੇ ਇਸੇ ਤਰ੍ਹਾਂ ਨਾਲ ਡਟੇ ਹੋਏ ਨੇ। ਉਮੀਦ ਸੀ ਕਿ ਸਰਕਾਰ ਨਾਲ ਗੱਲਬਾਤ ਹੋਏਗੀ, ਕੋਈ ਹੱਲ ਨਿਕਲੇਗਾ, ਪਰ ਅਜਿਹਾ ਜਿਹੜਾ ਹੋਇਆ ਨਹੀਂ। ਅਤੇ ਆਖਿਰ ਕਿਸਾਨਾਂ ਨੂੰ ਜਿਹੜਾ ਉਹਨਾਂ ਨੂੰ ਕਾਲ ਲੈਣੀ ਪਈ ਕਿ ਉਹ ਦਿੱਲੀ ਜਾਣਗੇ, ਉਹ ਅਜੇ ਵੀ ਕਹਿ ਰਹੇ ਨੇ ਕਿ ਸ਼ਾਂਤਮਈ ਤਰੀਕੇ ਦੇ ਨਾਲ ਜੇਕਰ ਉਹਨਾਂ ਨੂੰ ਜਾਣ ਦਿੱਤਾ ਜਾਏਗਾ ਤਾਂ ਉਹ ਸ਼ਾਂਤਮਈ ਤਰੀਕੇ ਦੇ ਨਾਲ ਚਲੇ ਜਾਣਗੇ। ਪਰ ਇਹ ਜਿਹੜੇ ਟਰੈਕਟਰ ਟਰਾਲੀਆਂ ਨੇ ਇਸ 'ਤੇ ਇਤਰਾਜ਼ ਹੋਇਆ ਸੀ। ਹਾਈਕੋਰਟ ਨੇ ਵੀ ਕਿਹਾ ਕਿ ਟਰੈਕਟਰ ਟਰਾਲੀਆਂ ਨਹੀਂ ਲਿਜਾਣੀਆਂ ਚਾਹੀਦੀਆਂ, ਪਰ ਕਿਸਾਨ ਕਹਿ ਰਹੇ ਨੇ ਕਿ ਉਹਨਾਂ ਦੇ ਕੋਲ ਹੋਰ ਕੀ ਸਾਧਨ ਹੈ, ਉਹ ਕਿਸ 'ਤੇ ਜਾਣ। ਮੁੱਖ ਮੰਤਰੀ ਖੱਟਰ ਨੇ ਜੋ ਹਰਿਆਣਾ ਦੇ, ਉਹਨਾਂ ਨੇ ਵੀ ਕਿਹਾ ਵੀ ਟਰੈਕਟਰ 'ਤੇ ਨਾ ਉਹ ਬੱਸਾਂ ਜਾਂ ਟ੍ਰੇਨਾਂ 'ਤੇ ਆਓ, ਕਹਿ ਰਹੇ ਕਿ ਮੌਸਮ ਵਿਗੜ ਜਾਏਗਾ। ਇਹੀ ਉਹਨਾਂ ਦੇ ਘਰ ਨੇ, ਇਹਨਾਂ ਦੇ ਵਿੱਚ ਹੀ ਉਹ ਰਹਿੰਦੇ ਨੇ, ਇਹਨਾਂ ਦੇ ਵਿੱਚ ਹੀ ਉਹਨਾਂ ਦਾ ਰਾਸ਼ਨ ਹੈ, ਤਾਂ ਉਹ ਟਰੈਕਟਰ 'ਤੇ ਜਾਣਗੇ ਜਦੋਂ ਉਹਨਾਂ ਦੇ ਕੋਲ ਟਰੈਕਟਰ ਹੀ ਇੱਕ ਜ਼ਰੀਆ ਹੈ। ਪਰ ਇਸ 'ਤੇ ਸਵਾਲ ਖੜ੍ਹੇ ਹੋਏ ਸੀ, ਪਰ ਤੁਸੀਂ ਦੇਖ ਰਹੇ ਹੋ ਕਿ ਸ਼ੰਭੂ ਬਾਰਡਰ ਜਿੱਥੋਂ ਤੱਕ ਤੁਹਾਡੀ ਨਜ਼ਰ ਜਾਏਗੀ ਤੁਹਾਨੂੰ ਟਰੈਕਟਰ ਟਰਾਲੀਆਂ ਨਜ਼ਰ ਆਉਣਗੀਆਂ। ਅਤੇ ਇਹ ਜਿਹੜੀਆਂ ਤਿਆਰੀਆਂ ਨੇ, ਹਾਲਾਂਕਿ ਕਿਸਾਨ ਘਰ ਤੋਂ ਹੀ ਪੂਰਾ ਰਾਸ਼ਨ ਆਪਣੇ ਨਾਲ ਲੈ ਕੇ ਆਏ ਸੀ, ਕਿਉਂਕਿ ਉਹਨਾਂ ਨੂੰ ਪਹਿਲਾਂ ਹੀ ਅੰਦਾਜ਼ਾ ਸੀ ਇਸ ਗੱਲ ਦਾ ਕਿ ਕਾਫੀ ਦੇਰ ਹੈ ਜਿਹੜਾ ਉਹਨਾਂ ਨੂੰ ਇੱਥੇ ਰੁਕਣਾ ਪੈ ਸਕਦਾ। ਅਤੇ 13 ਫਰਵਰੀ ਤੋਂ ਲਗਾਤਾਰ ਇੱਥੇ ਹੀ ਨੇ, ਹਾਲਾਂਕਿ ਪਹਿਲੇ 2 ਦਿਨ ਜਿਹੜਾ ਕਾਫੀ ਇੱਥੇ ਪਰੇਸ਼ਾਨੀ ਵੀ ਹੋਈ ਸੀ ਕਿਉਂਕਿ ਹੰਝੂ ਗੈਸ ਦੇ ਗੋਲੇ ਸੁੱਟੇ ਗਏ ਸਨ, ਪਰ ਕਿਉਂਕਿ ਹੁਣ ਜਿਹੜਾ ਉਸ ਤੋਂ ਬਾਅਦ ਸੀਜ਼ ਫਾਇਰ ਹੋਇਆ, ਸਰਕਾਰ ਨਾਲ ਗੱਲਾਂ ਚੱਲੀਆਂ, ਹਾਲਾਤ ਹੈ ਜਿਹੜੇ ਉਹ ਫਿਰ ਥੋੜ੍ਹੇ ਸ਼ਾਂਤ ਵੀ ਹੋਏ। ਪਰ ਅੱਜ 21 ਫਰਵਰੀ ਹੈ ਅਤੇ ਕਾਲ ਦਿੱਤੀ ਕਿ 11 ਵਜੇ ਕਿਸਾਨਾਂ ਨੇ ਕੂਚ ਕਰਨਾ ਦਿੱਲੀ ਵਾਲੇ ਪਾਸੇ। ਹਾਲਾਂਕਿ ਸਰਕਾਰ ਕਹਿ ਰਹੀ ਹੈ ਕਿ ਗੱਲਬਾਤ ਦੇ ਨਾਲ ਹੱਲ ਕੱਢਿਆ ਜਾਏ, ਅਤੇ ਉੱਧਰ ਕਿਸਾਨ ਵੀ ਕਹਿ ਰਹੇ ਨੇ, ਉਹ ਵੀ ਚਾਹੁੰਦੇ ਨੇ ਕਿ ਗੱਲਬਾਤ ਦੇ ਨਾਲ ਹੀ ਹੱਲ ਕੱਢਿਆ ਜਾਏ, ਕਿਉਂਕਿ ਜੋ ਹੈ ਸੱਟਾਂ ਵਜੋਂ ਨੌਜਵਾਨਾਂ ਦੇ ਕੋਈ ਨਹੀਂ ਚਾਹੁੰਦਾ, ਕੁਛ ਖਰਾਬੀ ਹੋਏ ਕੋਈ ਨਹੀਂ ਚਾਹੁੰਦਾ। ਪਰ ਇਹ ਜਿਹੜੀਆਂ ਤਸਵੀਰਾਂ ਨੇ ਸ਼ੰਭੂ ਬਾਰਡਰ ਦੀਆਂ ਨੇ, ਕਿਸਾਨ ਇੱਥੇ ਜਜ਼ਬਾ ਜਿਹੜਾ ਉਹਨਾਂ ਦੇ ਵਿੱਚ ਪੂਰਾ ਦੇਖਿਆ ਜਾ ਰਿਹਾ, ਚਾਹੇ ਉਹ ਬਜ਼ੁਰਗ ਹੋਣ ਚਾਹੇ ਉਹ ਨੌਜਵਾਨ ਹੋਣ, ਉਹ ਚਾਹੁੰਦੇ ਨੇ ਕਿ ਉਹਨਾਂ ਨੂੰ ਉਹਨਾਂ ਦੀ ਫਸਲ ਦਾ ਘੱਟੋ ਘੱਟ ਮੁੱਲ ਮਿਲ ਜਾਏ, ਇਸੇ ਦੀ ਉਹ ਮੰਗ ਕਰ ਰਹੇ ਨੇ। ਅਤੇ ਕਿਸਾਨ ਹੈ ਜਿਹੜੇ ਉਹ ਪਹੁੰਚੇ ਹੋਏ ਨੇ ਧਰਨੇ ਦੇ ਵਿੱਚ, ਅਤੇ ਕਈ ਦਿਨਾਂ ਤੋਂ ਇਸੇ ਤਰ੍ਹਾਂ ਦੇ ਨਾਲ ਉਹ ਇੱਥੇ ਮੌਜੂਦ ਨੇ। ਟਰੈਕਟਰ ਟਰਾਲੀਆਂ ਨੂੰ ਉਹਨਾਂ ਨੇ ਆਪਣਾ ਘਰ ਬਣਾਇਆ ਹੋਇਆ, ਅਤੇ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਨੇ ਦੂਰ ਦੂਰ ਤੱਕ ਤੁਹਾਨੂੰ ਟਰੈਕਟਰ ਟਰਾਲੀਆਂ ਨਜ਼ਰ ਆਉਣਗੇ। ਸਿੰਘੂ ਵਰਗਾ ਨਜ਼ਾਰਾ ਲੱਗ ਰਿਹਾ, ਸਾਲ 2020 ਦੇ ਵਿੱਚ ਵੀ ਕੁਝ ਅਜਿਹਾ ਹੀ ਹੋਇਆ ਸੀ, ਉਦੋਂ ਦਿੱਲੀ ਦਾ ਬਾਰਡਰ ਸੀ, ਹੁਣ ਪੰਜਾਬ ਅਤੇ ਹਰਿਆਣਾ ਦਾ ਬਾਰਡਰ ਹੈ। ਕਿਸਾਨ ਚਾਹੁੰਦੇ ਨੇ ਕਿ ਸ਼ਾਂਤਮਈ ਤਰੀਕੇ ਨਾਲ ਮਸਲਾ ਹੱਲ ਹੋਵੇ, ਸਰਕਾਰ ਵੀ ਇਹੀ ਚਾਹੁੰਦੀ ਹੈ, ਪਰ ਪੇਚ ਫਸਿਆ ਹੋਇਆ MSP 'ਤੇ ਸਵਾਮੀਨਾਥਨ ਦੀ ਜਿਹੜੀ ਸਿਫਾਰਿਸ਼ ਹੈ ਉਸਨੂੰ ਲਾਗੂ ਕਰਵਾਉਣ 'ਤੇ, ਕਰਜ਼ਾ ਜਿਹੜਾ ਮੁਆਫ਼ ਕਰਵਾਉਣ ਹੈ ਉਸ ਮਸਲੇ 'ਤੇ ਪੇਚ ਫਸਿਆ ਹੋਇਆ। ਸਰਕਾਰ ਨੇ ਮਤਾ ਦਿੱਤਾ ਕਿ MSP ਦੇ ਦਿੰਦੇ ਹਾਂ, ਪਰ 5 ਸਾਲ ਜਿਹੜਾ ਕੰਟਰੈਕਟ ਸਰਕਾਰ ਕਹਿ ਰਹੀ ਹੈ ਉਸ 'ਤੇ ਪੇਚ ਫਸਦਾ। ਕਿਸਾਨ ਕਹਿੰਦੇ ਨੇ ਕਿ ਠੇਕੇ ਦੀ ਖੇਤੀ ਉਹਨਾਂ ਨੇ ਨਹੀਂ ਕਰਨੀ, ਕਾਨੂੰਨ ਬਣਾ ਕੇ ਦਿਓ ਕਿ ਉਹਨਾਂ ਨੂੰ ਘੱਟੋ ਘੱਟ ਸਮਰਥਨ ਮੁੱਲ ਹੈ ਜਿਹੜਾ ਉਸੇ 'ਤੇ ਉਹਨਾਂ ਦੀ ਫਸਲ ਖਰੀਦੀ ਜਾਏਗੀ। ਚਰਨਜੀਤ ਕੌਰ ਦੇ ਨਾਲ ਲਾਲਤਾ ਪ੍ਰਸਾਦ, ਸ਼ੰਭੂ ਬਾਰਡਰ।